ਹਲੇਲੂਇਆ ਪ੍ਰੇਜ਼ ਦਾ ਲਾਰਡ। ਇਹ ਵੀਡੀਓ ਉਹਨਾਂ ਸਿੱਖ ਭਰਾਵਾਂ ਦੇ ਲਈ ਜਵਾਬ ਆ ਜਿਹੜੇ ਬੜਾ ਜ਼ੋਰ ਦੇ ਕੇ ਕਹਿ ਰਹੇ ਆ ਕਿ ਅਗਰ ਮਸੀਹੀ ਲੋਕਾਂ ਦੇ ਕੋਲ ਇਹ ਪਾਵਰ ਆ, ਇਹ ਤਾਕਤ ਆ ਕਿ ਉਹ ਬਿਮਾਰਾਂ ਨੂੰ ਚੰਗਾ ਕਰ ਸਕਦੇ ਆ, ਤੇ ਫਿਰ ਅਸੀਂ ਆਪਣੇ ਹਸਪੀਟਲਾਂ ਚ ਉਹਨਾਂ ਨੂੰ ਲੈ ਕੇ ਜਾਂਦੇ ਆ ਤੇ ਉਹ ਹਸਪੀਟਲਾਂ ਵਿਚ ਆਉਣ ਤੇ ਲੋਕਾਂ ਨੂੰ ਚੰਗਾ ਕਰਨ, ਤੇ ਅਸੀਂ ਹਸਪੀਟਲਾਂ ਵਿਚ ਸਾਰਾ ਜੋ ਵੀ ਸਮਾਨ ਆ ਉਹ ਕੱਢ ਦਿੰਦੇ ਆ ਬਾਹਰ, ਫਿਰ ਜ਼ਰੂਰਤ ਹੀ ਨਹੀਂ ਗੀ ਦਵਾਈਆਂ ਦੀ ਜਾਂ ਡਾਕਟਰਾਂ ਦੀ, ਤੇ ਆ ਕੇ ਚੰਗਾ ਕਰਨ। ਉਹਨਾਂ ਵਿਚ ਇੱਕ ਵੀਰ ਕਹਿ ਰਿਹਾ ਕਿ ਜੇ ਇੱਦਾਂ ਕਰਨ ਤੇ ਮੈਂ ਵੀ ਕਹਿੰਦਾ ਵੀ ਇਹਨਾਂ ਨੂੰ ਮੰਨ ਜਾਵਾਂਗਾ। ਸੋ ਇਹ ਸਵਾਲ ਕਰਨ ਵਾਲੇ ਮੇਰੇ ਸਾਰੇ ਸਿੱਖ ਵੀਰਾਂ ਦੇ ਲਈ ਮੈਂ ਇਹ ਕਹਿਣਾ ਚਾਹਾਂਗਾ ਕਿ ਅਸੀਂ ਇਸ ਤਰ੍ਹਾਂ ਕਰਕੇ ਪਰਮੇਸ਼ੁਰ ਦੇ ਵਜੂਦ ਦੇ ਉੱਤੇ ਉਂਗਲੀ ਚੁੱਕਦੇ ਆ, ਕਿਸੇ ਇਨਸਾਨ ਦੇ ਉੱਤੇ ਨਹੀਂ। ਸਭ ਤੋਂ ਪਹਿਲਾਂ ਤੇ ਤੁਸੀਂ ਇਹ ਦੱਸੋ ਭਰਾਵੋ ਵੀ ਕਿਹੜਾ ਐਸਾ ਸੇਵਕ ਆ, ਕਿਹੜਾ ਪਾਸਟਰ ਆ ਜਿਹੜਾ ਇਹ ਦਾਅਵਾ ਕਰਦਾ ਆ ਕਿ ਮੈਂ ਲੋਕਾਂ ਨੂੰ ਚੰਗਾ ਕਰਦਾ। ਅਗਰ ਤੇ ਕੋਈ ਪਾਸਟਰ ਇਹ ਦਾਅਵਾ ਕਰਦਾ ਕਿ ਮੈਂ ਲੋਕਾਂ ਨੂੰ ਚੰਗਾ ਕਰਦਾ ਆ, ਤੇ ਤੁਸੀਂ ਉਹਦੇ ਨਾਲ ਜੋ ਮਰਜ਼ੀ ਕਰੋ, ਅਸੀਂ ਬਿਲਕੁਲ ਵੀ ਉਸ ਬੰਦੇ ਦੇ ਹੱਕ ਵਿਚ ਨਹੀਂ ਆਵਾਂਗੇ। ਕਿਉਂਕਿ ਅਗਰ ਕੋਈ ਕਹਿੰਦਾ ਮੈਂ ਚੰਗਾ ਕਰਦਾ, ਇਹ ਤੇ ਆਪਣੇ ਆਪ ਚ ਇੱਕ ਗੁਨਾਹ ਆ। ਮੰਦਰ ਹੋਵੇ, ਮਸਜਿਦ ਹੋਵੇ, ਗੁਰਦੁਆਰਾ ਹੋਵੇ, ਚਰਚ ਹੋਵੇ, ਹਰੇਕ ਬੰਦਾ ਇਹਨਾਂ ਧਾਰਮਿਕ ਸਥਾਨਾਂ ਤੇ ਸਿਰਫ ਇਹ ਆਸ ਉਮੀਦ ਲੈ ਕੇ ਜਾਂਦਾ ਆ ਕਿ ਰੱਬ ਮੇਰੇ ਉੱਤੇ ਕਿਰਪਾ ਕਰ ਦੇਵੇ। ਸੋ ਜਿਹੜਾ ਗੁਰਦੁਆਰਾ ਸਾਹਿਬ ਚ ਵਿਸ਼ਵਾਸ ਰੱਖਦਾ ਆ, ਬਹੁਤ ਸਾਰੇ ਲੋਕ ਆ ਜਿਹੜੇ ਉੱਥੇ ਜਾ ਕੇ ਜਿਹੜੀ ਅਰਦਾਸ ਕਰਦੇ ਜਾਂ ਕਰਵਾਉਂਦੇ ਆ, ਬਹੁਤ ਸਾਰੇ ਲੋਕ ਆ ਜਿਨ੍ਹਾਂ ਦੇ ਜੀਵਨ ਦੇ ਵਿੱਚ ਕੰਮ ਹੋ ਜਾਂਦਾ ਹੈ, ਬਹੁਤ ਸਾਰੇ ਲੋਕ ਆ ਜਿਨ੍ਹਾਂ 'ਚ ਨਹੀਂ ਹੁੰਦਾ। ਉਸੇ ਤਰ੍ਹਾਂ ਮੰਦਰਾਂ ਵਿੱਚ ਵੀ ਇਹ ਸਭ ਕੁਝ ਹੁੰਦਾ ਹੈ, ਉਸੇ ਤਰ੍ਹਾਂ ਮਸਜਿਦਾਂ ਵਿੱਚ ਵੀ ਇਹ ਸਭ ਕੁਝ ਹੁੰਦਾ ਹੈ, ਉਸੇ ਤਰ੍ਹਾਂ ਚਰਚਾਂ ਵਿੱਚ ਵੀ ਹੁੰਦਾ। ਸੋ ਇਹ ਜਿਹੜਾ ਪਰਮੇਸ਼ੁਰ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਆ, ਤੇ ਉਹਦੇ ਮੁਤਾਬਕ ਲੋਕਾਂ ਦੇ ਜੀਵਨ 'ਚ ਕੰਮ ਹੁੰਦਾ ਹੈ। ਅਗਰ ਕੋਈ ਇਨਸਾਨ ਕਹਿੰਦਾ ਮੈਂ ਕਰਦਾ ਹਾਂ, ਤੇ ਉਹ ਗੁਨੇਗਾਰ ਆ, ਕਿਉਂਕਿ ਪਰਮੇਸ਼ੁਰ ਦੀ ਮਹਿਮਾ ਨੂੰ ਉਹ ਆਪਣੇ ਲਈ ਇਸਤੇਮਾਲ ਕਰਦਾ ਆ। ਸੋ ਦੁਨੀਆਂ ਵਿੱਚ ਨਾ ਕੋਈ ਇਨਸਾਨ ਪੈਦਾ ਹੋਇਆ ਤੇ ਨਾ ਹੋ ਸਕਦਾ ਹੈ ਜਿਹੜਾ ਕਿਸੇ ਨੂੰ ਚੰਗਾ ਕਰ ਸਕੇ। ਸੋ ਪਹਿਲੇ ਜੀਜੋ, ਇਹ ਗੱਲ ਸਿਰਫ ਇੰਨੀ ਆ ਵੀ ਇਮਾਨ ਦੀ ਗੱਲ ਆ, ਤੁਸੀਂ ਘੱਟ ਰੱਖਦੇ ਹੋਗੇ, ਸਾਡਾ ਇਮਾਨ ਜ਼ਿਆਦਾ ਆ। ਸਾਡਾ ਇਮਾਨ ਇਹ ਆ ਵੀ ਅਗਰ ਅਸੀਂ ਕੋਈ ਇਲਤਜਾ, ਕੋਈ ਦੁਆ, ਕੋਈ ਪ੍ਰਾਰਥਨਾ ਰੱਬ ਦੇ ਅੱਗੇ ਕਰਾਂਗੇ ਤੇ ਰੱਬ ਨੂੰ ਸੁਣੇਗਾ, ਕਿਉਂਕਿ ਜਿਸ ਧਰਮ ਗ੍ਰੰਥ ਨੂੰ ਅਸੀਂ ਪੜ੍ਹਦੇ ਹਾਂ ਉਹਦੇ ਚ ਪਰਮੇਸ਼ੁਰ ਨੇ ਵਾਇਦਾ ਵੀ ਕੀਤਾ ਹੈ ਤੇ ਸਾਨੂੰ ਹੁਕਮ ਵੀ ਦਿੱਤਾ ਹੈ, ਤੁਸੀਂ ਬਿਮਾਰਾਂ ਦੇ ਲਈ ਪ੍ਰਾਰਥਨਾ ਕਰੋਗੇ, ਬਿਮਾਰ ਚੰਗੇ ਹੋਣਗੇ। ਉੱਥੇ ਇਹ ਨਹੀਂ ਲਿਖਿਆ ਤੁਸੀਂ ਬਿਮਾਰਾਂ ਨੂੰ ਚੰਗੇ ਕਰੋਗੇ, ਤੁਸੀਂ ਬਿਮਾਰਾਂ ਦੇ ਲਈ ਪ੍ਰਾਰਥਨਾ ਕਰੋਗੇ। ਸਾਡਾ ਕੰਮ ਤੇ ਪ੍ਰਾਰਥਨਾ ਕਰਨਾ ਆ, ਕਿਸੇ ਨੂੰ ਚੰਗਾ ਕਰਨਾ ਆ, ਕਿਸੇ ਨੂੰ ਚੰਗਾ ਨਹੀਂ ਕਰਨਾ, ਇਹ ਰੱਬ ਦੀ ਮਰਜ਼ੀ ਹੈ। ਔਰ ਉਸੇ ਬਾਈਬਲ ਦੇ ਵਿੱਚ ਇਹ ਲਿਖ ਕੇ ਦਿੱਤਾ ਆ, ਪਰਮੇਸ਼ੁਰ ਆਪਣੀ ਮਹਿਮਾ ਕਦੇ ਕਿਸੇ ਨੂੰ ਦਿੰਦਾ ਨਹੀਂ, ਸਮੇਂ ਉੱਤੇ ਉਹਨੂੰ ਜ਼ਾਹਿਰ ਕਰਦਾ ਆ, ਪ੍ਰਗਟ ਕਰਦਾ ਆ। ਸੋ ਅਸੀਂ ਤੇ ਪ੍ਰਾਰਥਨਾ ਕਰਦੇ ਆ, ਬਾਕੀ ਪਰਮੇਸ਼ੁਰ ਦੀ ਰਹਿਮਤ ਆ, ਉਹ ਆਪਣੀ ਮਰਜ਼ੀ ਦਾ ਮਾਲਕ ਆ, ਕਿਹਨੂੰ ਚੰਗਾ ਕਰੇ ਤੇ ਕਿਹਨੂੰ ਚੰਗਾ ਨਾ ਕਰੇ, ਇਹਦੇ ਨਾਲ ਕੋਈ ਬੰਦਾ ਇਸ ਚੀਜ਼ ਦੇ ਉੱਤੇ ਪਰਮੇਸ਼ੁਰ ਦੇ ਨਾਲ ਬਹਿਸ ਨਹੀਂ ਕਰ ਸਕਦਾ ਇਸ ਚੀਜ਼ ਨੂੰ ਲੈ ਕੇ। ਸੋ ਪਹਿਲੇ ਅਜੀਜ਼ੋ, ਮੈਂ ਫਿਰ ਮੁੱਖ ਦੀ ਗੱਲ ਕਰਾਂਗਾ, ਕੋਈ ਵੀ ਪਾਸਟਰ ਕਿਸੇ ਨੂੰ ਚੰਗਾ ਨਹੀਂ ਕਰਦਾ, ਨਾ ਕਿਸੇ ਪਾਸਟਰ ਦੇ ਵਿੱਚ ਐਸੀ ਕੋਈ ਜ਼ਰੂਰਤ ਹੈ ਕਿਸੇ ਨੂੰ ਚੰਗਾ ਕਰ ਸਕੇ। ਜੇ ਪਾਸਟਰ ਕਰ ਸਕਦੇ ਹੁੰਦੇ ਫਿਰ ਤਾਂ ਉਹਨਾਂ ਦੇ ਘਰ ਚੋਂ ਕੋਈ ਮਰਦਾ ਹੀ ਨਾ, ਫਿਰ ਤਾਂ ਉਹਨਾਂ ਦੇ ਘਰ ਚੋਂ ਕੋਈ ਬਿਮਾਰ ਹੀ ਨਾ ਹੁੰਦਾ। ਤੇ ਬੜੇ ਬੜੇ ਐਸੇ ਸੇਵਕ ਹੋਏ ਆ ਕ੍ਰਿਸਚੈਨਿਟੀ ਦੇ ਵਿੱਚ ਜਿਹੜੇ ਅੰਤ ਦੇ ਵਿੱਚ ਬਹੁਤ ਬਿਮਾਰੀਆਂ ਦੇ ਨਾਲ, ਲਾਚਾਰੀਆਂ ਦੇ ਨਾਲ ਉਹ ਇਸ ਜਹਾਨ ਨੂੰ ਛੱਡ ਕੇ ਗਏ ਆ। ਕਈਆਂ ਦੀ ਜਾਨ ਵੀ ਹਸਪੀਟਲਾਂ ਵਿੱਚ ਜਾ ਕੇ ਨਿਕਲੀ ਆ, ਤੇ ਕਈ ਐਸੇ ਵੀ ਹੋਏ ਆ ਜਿਨ੍ਹਾਂ ਨੇ ਇਮਾਨ ਨੂੰ ਸੰਭਾਲ ਕੇ ਰੱਖਿਆ। ਅਗਲਿਆਂ ਨੇ ਫੈਸਲਾ ਲੈ ਲਿਆ ਸੀ ਮਰਦੇ ਮਰ ਜਾਵਾਂਗੇ, ਲੇਕਿਨ ਦਵਾਈ ਨਹੀਂ ਲੈਣੀ, ਉਹਨਾਂ ਨੇ ਨਹੀਂ ਲਈ, ਮਰ ਉਹ ਵੀ ਗਏ ਜਿਨ੍ਹਾਂ ਨੇ ਦਵਾਈ ਨਹੀਂ ਖਾਧੀ ਆਪਣੇ ਇਮਾਨ ਦੇ ਵਿੱਚ, ਤੇ ਮਰ ਉਹ ਵੀ ਗਏ ਜਿਹੜੇ ਹਸਪਤਾਲ ਚਲੇ ਗਏ। ਸੁਪਹਿਰੇ ਜੀਜੋ, ਇਹ ਗੱਲ ਕਹਿ ਕੇ ਐਵੇਂ ਤੁਸੀਂ ਹਵਾ ਨਾ ਦਿਆ ਕਰੋ ਕਿਸੇ ਚੀਜ਼ ਨੂੰ। ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਆ, ਤੁਸੀਂ ਆਪਣੇ ਤਰੀਕੇ ਨਾਲ ਭਗਤੀ ਕਰਦੇ, ਅਸੀਂ ਆਪਣੇ ਤਰੀਕੇ ਨਾਲ ਭਗਤੀ, ਤੁਹਾਡਾ ਆਪਣਾ ਵਿਸ਼ਵਾਸ ਆ, ਸਾਡਾ ਆਪਣਾ ਵਿਸ਼ਵਾਸ ਹੈ, ਤੁਹਾਡੇ ਗੁਰੂ ਦੇ ਆਪਣੇ ਹੁਕਮ ਆ, ਸਾਡੇ ਗੁਰੂ ਪ੍ਰਭੂ ਦੇ ਆਪਣੇ ਹੁਕਮ ਆ।
ਤੁਸੀਂ ਆਪਣੇ ਗੁਰੂ ਦੇ ਹੁਕਮਾਂ ਮੁਤਾਬਕ ਚੱਲਦੇ ਹੋ, ਅਸੀਂ ਆਪਣੇ ਗੁਰੂ ਪ੍ਰਭੂ ਦੇ ਹੁਕਮਾਂ ਦੇ ਮੁਤਾਬਕ ਚੱਲਦੇ ਹਾਂ। ਸਾਡਾ ਵਿਸ਼ਵਾਸ ਹੈ ਕਿ ਅਗਰ ਸੱਚੇ ਮਨੋਂ ਕੋਈ ਵੀ ਪ੍ਰਾਰਥਨਾ ਕਰੇ ਤੇ ਰੱਬ ਉਹਦੀ ਸੁਣਦਾ ਹੈ। ਸਿਰਫ ਸੇਵਕ ਹੀ ਨਹੀਂ ਬਲਕਿ ਸੰਗਤ ਦੇ ਵਿੱਚੋਂ ਵੀ, ਕਲੀਸਿਆ ਦੇ ਵਿੱਚੋਂ ਵੀ ਅਗਰ ਕੋਈ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦਾ ਹੈ ਤੇ ਰੱਬ ਸੁਣਦਾ ਹੈ। ਜਿਹੜੀ ਸੱਚੇ ਮਨੋਂ ਪ੍ਰਾਰਥਨਾ ਕੀਤੀ ਜਾਂਦੀ ਹੈ ਰੱਬ ਸੁਣਦਾ ਹੈ। ਬਾਕੀ ਰੱਬ ਆਪਣੀ ਮਰਜ਼ੀ ਦਾ ਮਾਲਕ ਹੈ। ਪ੍ਰਾਰਥਨਾ ਸਾਰੀ ਦੁਨੀਆਂ ਕਰਦੀ, ਸਾਰੇ ਮਜ਼ਹਬ ਕਰਦੇ, ਕ੍ਰਿਸ਼ਨਾ ਦੇ ਵਿੱਚ ਸਭ ਲੋਕ ਹੀ ਕਰਦੇ ਆ। ਲੇਕਿਨ ਐਸਾ ਨਹੀਂ ਹੈ ਕਿ ਕ੍ਰਿਸ਼ਨਾ ਦੇ ਦੁਆਰਾ ਕੀਤੀ ਗਈ ਸਾਰੀਆਂ ਦੁਆਵਾਂ ਰੱਬ ਸੁਣਦਾ ਤੇ ਉਹਦਾ ਜਵਾਬ ਦਿੰਦਾ ਹੀ ਦਿੰਦਾ ਆ। ਸੁਣਦਾ ਸਾਰਿਆਂ ਦੀ ਆ, ਕੰਮ ਉਹ ਆਪਣੀ ਮਰਜ਼ੀ ਨਾਲ ਕਰਦਾ, ਕਿਹਨੂੰ ਚੰਗਾ ਕਰਨਾ ਕਿਹਨੂੰ ਚੰਗਾ ਨਹੀਂ ਕਰਨਾ ਇਹ ਉਹਦੇ ਇਖਤਿਆਰ ਦੇ ਵਿੱਚ। ਸੋ ਰੱਬ ਸਾਰਿਆਂ ਨੂੰ ਸਮਝ ਦੇਵੇ, ਬੁੱਧੀ ਦੇਵੇ। ਉਹ ਸਾਡੇ ਰੱਬ ਅੱਗੇ ਇਹ ਵੀ ਪ੍ਰਾਰਥਨਾ ਆ ਕਿ ਸਾਡੇ ਪੰਜਾਬ ਦਾ ਮਾਹੌਲ ਸ਼ਾਂਤ ਰਹੇ, ਅਸੀਂ ਕਿਸੇ ਦੀ ਭਗਤੀ ਵਿੱਚ ਦਖਲਅੰਦਾਜ਼ੀ ਨਾ ਕਰੀਏ ਔਰ ਜੈਸਾ ਭਾਈਚਾਰਾ ਸਾਡਾ ਸੀ ਵੈਸਾ ਹੀ ਬਣਿਆ ਰਹੇ। ਸੋ ਸਾਰੇ ਮਸੀਹ ਭੈਣ ਭਰਾਵਾਂ ਨੂੰ ਮੈਂ ਜੈ ਮਸੀਹ ਕੀ ਆਖਦਾ ਹਾਂ।